ਅਸਲਾਮ ਵਾਲੇਕਮ ਜੀ, ਵੇਖੋ ਪੰਜਾਬ ਚੈਨਲ ਤੇ ਜੀਆ ਨੂੰ ਸੋਹਣੀਓ ਜਿਉਂਦੇ ਵਾਸਤੇ ਰਹੋ। ਮੈਂ ਸਜਾਦ ਜੱਟ ਇੱਕ ਐਸੀ ਕਹਾਣੀ ਤੁਹਾਡੇ ਤੀਕਰ ਲਿਆਇਆ ਜਿਹੜੀ ਪਹਿਲੀ ਦਫ਼ਾ ਤੁਸੀਂ ਇੰਟਰਨੈਟ ਦੀ ਦੁਨੀਆ 'ਤੇ ਸੁਣੋਗੇ। ਇਹਦੇ 'ਤੇ ਅਸੀਂ ਇਸ ਬਦਮਾਸ਼ ਦੇ ਉੱਤੇ ਗੱਲ ਤਾਂ ਅਸੀਂ ਪਹਿਲੇ ਕੀਤੀ, ਯਾਨੀ ਕਿ ਆਸੂ ਜੀ ਦਾ ਗੁਜਰਾਂ ਵਾਲਾ ਭਲਵਾਨਾਂ ਦਾ ਸ਼ਹਿਰ ਗੁਜਰਾਂ ਵਾਲੇ ਦਾ ਬਹੁਤ ਵੱਡਾ ਇੱਕ ਗੈਂਗਸਟਰ ਹੋਇਆ, ਇੱਕ ਬਦਮਾਸ਼ ਜਿਹਦੇ 'ਤੇ ਟਾਈਟਲ ਲੱਗਾ ਸੀ ਜੇਲ੍ਹਾਂ ਦਾ ਬਾਦਸ਼ਾਹ, ਯਾਨੀ ਕਿ ਬੜੀਆਂ ਬੜੀਆਂ ਜੇਲ੍ਹਾਂ ਵਿੱਚੋਂ ਬੰਦਾ ਗਿਆ ਤੇ ਜੇਲ੍ਹਾਂ ਭੱਜੀਆਂ, ਇਹ ਤੋੜੀਆਂ, ਸਾਰਾ ਕੁਝ ਕੀਤਾ। ਆਸਫ ਨਵਾਜ਼ ਉਰਫ ਆਸੂ ਚੀਤਾ, ਜਿਹਦੇ ਉੱਤੇ ਪੂਰੀ ਬਾਇਓਗ੍ਰਾਫੀ ਤੁਸੀਂ ਵੇਖਣੀ ਹੋ ਤਾਂ ਇਹ ਲਿੰਕ ਹੈ ਡਿਸਕ੍ਰਿਪਸ਼ਨ ਵਿੱਚ ਮੈਂ ਪਾ ਦਿੱਤਾ, ਤੁਸੀਂ ਪੂਰੀ ਵੀਡੀਓ ਵੇਖ ਲੈਣਾ ਉਹਦੀ ਪੂਰੀ ਜਾਣਕਾਰੀ 'ਤੇ, ਲੇਕਿਨ ਅੱਜ ਉਹਦੀ ਪੂਰੀ ਜਾਣਕਾਰੀ ਨਹੀਂ। ਉਹਦੇ ਉੱਤੇ 1998 ਵਿੱਚ ਇੱਕ ਫਿਲਮ ਬਣਨ ਦੀਆਂ ਤਿਆਰੀਆਂ ਹੁੰਦੀਆਂ, ਮਹੂਰਤ ਵੀ ਹੋ ਜਾਂਦੀ ਹੈ, ਫਿਰ ਉਹ ਕਿਉਂ ਫਿਲਮ ਜਿਹੜੀ ਹੈ ਨਾ, ਉਹਦੇ ਵਿੱਚ ਹੀਰੋ ਕੌਣ ਹੁੰਦਾ, ਫਿਰ ਕਿਹੜੀ ਕਾਸਟ ਹੁੰਦੀ ਹੈ, ਕਹਾਣੀ ਕਿਹਨੇ ਲਿਖੀ, ਹੈਂਜੀ, ਅਤੇ ਫਿਰ ਫਿਲਮ ਕਿਉਂ ਨਾ ਬਣ ਸਕੀ, ਯਾਨੀ ਕੰਪਲੀਟ ਕਿਉਂ ਨਾ ਹੋ ਸਕੀ। ਲਓ ਫਿਰ ਉਹਦੇ 'ਤੇ ਗੱਲਬਾਤ ਤੁਹਾਡੇ ਨਾਲ ਕਰਨੇ ਆ। ਚੈਨਲ 'ਤੇ ਨਵੇਂ ਹੋ ਤਾਂ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ, ਤਾਂ ਕਿ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਤੱਕ ਅਸੀਂ ਅਪਣਾਉਂਦੇ ਰਹੀਏ। ਤਾਂ ਅੱਜ ਤੋਂ ਸੋਹਣੇ ਇੱਕ ਨਵੀਂ ਸੀਰੀਜ਼ ਸ਼ੁਰੂ ਕਰਨ ਮੈਂ ਜਾ ਰਿਹਾ ਵਾਂ ਕਿ ਜਿਹੜੀਆਂ ਅਨਰਿਲੀਜ਼ ਫਿਲਮਾਂ ਨੇ ਜਾਂ ਕਿ ਜਿਹੜੀਆਂ ਕੰਪਲੀਟ ਨਹੀਂ ਹੋਈਆਂ, ਹਾਂਜੀ ਲੱਗੀਆਂ ਨਹੀਂ, ਕੀ ਕਾਰਨ ਬਣੇ ਉਹਨਾਂ ਦੇ, ਇਹਦੇ 'ਤੇ ਵੀ ਕੋਈ ਜਿਹੜੀਆਂ ਨੇ ਪ੍ਰੋਪਰ ਵੀਡੀਓ ਜਿਹੜੀਆਂ ਨੇ ਅਸੀਂ ਲੈ ਕੇ ਹੁਣ ਆ ਰਹੇ ਹਾਂ। ਲਓ ਫਿਰ ਆਸੂ ਜੀ ਦੇ ਉੱਤੇ ਇਸ ਫਿਲਮ ਦੇ ਉੱਤੇ ਗੱਲਬਾਤ ਸੁਣ ਲਓ। 19 ਜੁਲਾਈ 1992 ਨੂੰ ਆਸਫ ਨਵਾਜ਼ ਉਰਫ ਆਸੂ ਚੀਤਾ ਜਿਹੜਾ ਫੌਤ ਹੋ ਜਾਂਦਾ। ਹੁਣ ਇਹਨੂੰ ਲੈ ਕੇ ਗੁਜਰਾਂ ਵਾਲਿਓ ਇੱਕ ਪ੍ਰੋਡਿਊਸਰ ਉੱਠਦਾ ਜਿਹੜਾ ਕਿ ਜਾਂਦਾ ਲਾਹੌਰ ਫਿਲਮ ਇੰਡਸਟਰੀ, ਉਹ ਜਾ ਕੇ ਨਾ ਤਾਂ ਉਹਨਾਂ ਨੂੰ ਆਉਂਦਾ ਕਿ ਮੈਂ ਫਿਲਮ ਬਣਾਉਣੀ ਹੈ ਆਸੂ ਚੀਤੇ ਦੇ ਨਾਂ 'ਤੇ, ਯਾਨੀ ਆਪਣੇ ਨਾਂ ਆਪਣੇ ਸ਼ਹਿਰ ਦਾ ਨਾਂ ਜਿਹੜਾ ਨਾ, ਅੱਗੇ ਜਿਵੇਂ ਕਿ ਮਾਝੂ ਇੱਥੇ ਹੋਇਆ ਉਹਦੇ 'ਤੇ ਵੀ ਬਣੀਆਂ, ਰਾਈ ਸਾਹਿਬ 'ਤੇ ਬਣੀ ਫਿਲਮ, ਫਿਰ ਆਪਣਾ ਸ਼ਾਹ ਨੂੰ ਲੈ ਕੇ ਬਣਾਈ ਗਈ, ਫਿਰ ਹੋਰ ਵੀ ਜਿਵੇਂ ਬਾਲਾ ਪੀਰੇ ਦਾ, ਹੈਂਜੀ ਇਹਨਾਂ ਵੀ ਗੁਜਰਾਂ ਵਾਲੇ ਦਾ ਬਦਮਾਸ਼ ਹੋਇਆ, ਇੱਕ ਡਾਊਨ ਹੋਇਆ, ਇਹਦੇ 'ਤੇ ਵੀ ਬਣੀ, ਬੜੀਆਂ 'ਤੇ ਬਣੀ। ਉਹਨੇ ਕਿਹਾ ਯਾਰ ਮੈਂ ਆਸੂ ਚੀਤੇ ਨੂੰ ਲੈ ਕੇ ਨਾ ਇਹਦੇ 'ਤੇ ਵੀ ਬਣਾਉਣੀ ਹੈ। ਚਲੋ ਖੈਰ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਜਾਫਰ ਅਰਸ਼ ਇੱਕ ਬਹੁਤ ਵੱਡਾ ਨਾਂ ਹੈ ਜੀ ਮੁਸੰਨਫ ਦੀ ਦੁਨੀਆ 'ਚ, ਪਾਕਿਸਤਾਨ 'ਚ ਬੜਾ ਵੱਡਾ ਉਹਨਾਂ ਦਾ ਨਾਂ ਹੈ, ਉਹਨਾਂ ਨੇ ਫਿਲਮ ਦੀ ਕਹਾਣੀ ਲਿਖੀ। ਸ਼ਹਿਜ਼ਾਦ ਹੈਦਰ ਇਸ ਫਿਲਮ ਦੇ ਡਾਇਰੈਕਟਰ ਬਣ ਜਾਂਦੇ ਨੇ। ਲਓ ਜੀ ਫਿਲਮ ਦੀ ਓਪਨਿੰਗ ਹੋ ਜਾਂਦੀ ਹੈ, ਫਿਲਮ ਦਾ ਨਾਂ ਆਸੂ ਚੀਤੇ ਰੱਖਿਆ ਜਾਂਦਾ। ਹੁਣ ਇਸ ਫਿਲਮ ਦੇ ਵਿੱਚ ਯਾਨੀ ਕਿ ਜਿਹੜਾ ਟਾਈਟਲ ਰੋਲ ਲੈ ਲਿਆ ਨਾ, ਯਾਨੀ ਬਤੌਰ ਹੀਰੋ ਜਿਹਨੇ ਆਸੂ ਚੀਤਾ ਬਣਨਾ ਸੀ ਉਹ ਸ਼ਫਕਤ ਚੀਮੇ ਨੂੰ ਲੈ ਲਿਆ, ਨਾਲ ਇਹਨਾਂ ਦੇ ਹੀਰੋਇਨ ਲੈ ਲਈ ਜੀ ਆਪਣਾ ਅਦਾਕਾਰਾ ਸਾਇਮਾ ਬੇਗਮ, ਫਿਰ ਸਊਦ ਅਤੇ ਨਰਗਸ ਦਾ ਜਿਹੜਾ ਦੂਜਾ ਪੇਅਰ ਰੱਖ ਲਿਆ, ਫਿਰ ਹਮਾਯੂੰ ਕੁਰੈਸ਼ੀ ਵਿਲਨ, ਅਦੀਬ ਜਿਹੜਾ ਇਹ ਵੀ ਵਿਲਨ, ਫਿਰ ਬਹਾਰ ਬੇਗਮ, ਸ਼ਾਇਦ ਉਹਨੇ ਮਾਂ ਦਾ ਰੋਲ ਹੀ ਕਰਨਾ ਹੋਏਗਾ, ਫਿਰ ਇਹਦੇ ਵਿੱਚ ਅਸਦ ਬੁਖਾਰੀ ਦਾ ਬੜਾ ਸ਼ਾਨਦਾਰ ਰੋਲ ਸੀ, ਯਾਨੀ ਕਾਸਟ ਵੀ ਬਹੁਤ ਆਲਾ ਯਾਰ। ਮੈਂ ਕਹਿੰਦਾ ਅਗਰ ਇਹ ਫਿਲਮ ਬਣਦੀ ਨਾ ਤਾਂ ਬਹਿ ਜਾ ਹੋ ਜਾਣੀ ਸੀ, ਲੇਕਿਨ ਫਿਲਮ ਬਣ ਨਾ ਸਕੀ। ਉਹਦੀ ਵਜ੍ਹਾ ਕੀ, ਰੀਜ਼ਨ ਸੁਣ ਲਓ ਤੁਸੀਂ ਕਿ ਜਦੋਂ ਫਿਲਮ ਸਟਾਰਟ ਹੁੰਦੀ ਹੈ, ਇਹਦੀ ਲੇਆਊਟ, ਇਹਦੇ ਪੋਸਟਰ ਜਦੋਂ ਅਖਬਾਰ 'ਤੇ ਛਪਦੇ ਨੇ ਰੌਲਾ ਪੈਂਦਾ ਨਾ, ਅਤੇ ਆਸੂ ਚੀਤਾ ਦੇ ਜਿਹੜੇ ਪਿੱਛੇ ਗੁਜਰਾਂ ਵਾਲੇ ਉਹਨਾਂ ਦਾ ਜਿਹੜਾ ਖਾਨਦਾਨ ਹੈ, ਹੁੰਦਾ ਹੀ ਨਹੀਂ ਨਾ ਭੈਣਾਂ ਭਰਾ, ਫਿਰ ਸਾਰੇ ਮਾਮਲਾਤ, ਹਾਂਜੀ ਉਹਨਾਂ ਨੂੰ ਜਦੋਂ ਉਹਨਾਂ ਦਾ ਖਬਰ ਪੜਦੀ ਹੈ, ਉਹ ਕਹਿੰਦੇ ਨੇ ਭਾਈ ਕਿਹਨੂੰ ਪੁੱਛ ਕੇ ਤੇ ਤੂੰ ਇਹ ਫਿਲਮ ਸ਼ੁਰੂ ਕੀਤੀ ਹੈ ਸਾਡੇ ਮੁੰਡੇ 'ਤੇ, ਲਿਹਾਜ਼ਾ ਅਸੀਂ ਤਾਂ ਫਿਲਮ ਨਹੀਂ ਬਣਨ ਦੇਣੀ। ਕਿਹਾ ਜਾਂਦਾ ਹੈ ਕਿ ਉਦੋਂ ਘਰ ਵਾਲੇ ਉੱਠ ਪਏ, ਜਿਹਦੀ ਵਜ੍ਹਾ ਤੋਂ ਉਹਨਾਂ ਇਨਕਾਰ ਕਰ ਦਿੱਤਾ ਕਿ ਅਸੀਂ ਫਿਲਮ ਨਹੀਂ ਬਣਨ ਦੇਣੀ।
ਲਿਹਾਜ਼ਾ ਇਹ ਨਹੀਂ ਬਣ ਸਕਦੀ। ਉਹ ਵਿਚਾਰਾ ਪ੍ਰੋਡਿਊਸਰ ਜਿਹੜਾ ਉਹ ਵੀ ਕੋਈ ਸ਼ਾਇਦ ਤੋਂ ਉਹਨਾਂ ਨੂੰ ਕੀ ਆਉਂਦੇ ਹੁੰਦੇ ਨੇ ਕਿ ਰਾਜ਼ੀ ਨਾ ਕਰ ਸਕਿਆ, ਮੁਤਮਿਨ ਨਾ ਕਰ ਸਕਿਆ। ਨਹੀਂ ਤਾਂ ਅੱਗੇ ਬੜਿਆਂ ਬੜਿਆਂ ਲਾਹੌਰ ਦਿਆਂ ਅਤੇ ਗੁਜਰਾਂਵਾਲਾ ਸਿਆਲਕੋਟ ਦਿਆਂ ਬਦਮਾਸ਼ਾਂ ਦੇ ਬਣੀਆਂ ਫਿਲਮਾਂ ਬਣੀਆਂ, ਪਰ ਕੱਲ ਕੀਤਾ ਜਾਂਦਾ ਹੈ ਨਾ ਕਿ ਲਓ ਜੀ ਇੱਕ ਨਾਂ ਰਹੇਗਾ, ਇਹ ਅਸੀਂ ਅੱਛੇ ਕੰਮ ਜਿਹੜੇ ਨੇ ਉਹ ਦੱਸਾਂਗੇ, ਹਾਈਲਾਈਟ ਕਰਾਂਗੇ, ਇੱਕ ਨਾਂ ਨਿਕਲੇਗਾ। ਪਰ ਉਹ ਬੰਦਾ ਜਿਹੜਾ ਉਹ ਕਾਇਲ ਨਾ ਕਰ ਸਕਿਆ ਅਤੇ ਇਸ ਵਜ੍ਹਾ ਤੋਂ ਆ ਕੇ ਫਿਰ ਪ੍ਰੋਡਿਊਸਰ ਵਿਚਾਰਾ ਉਹ ਰਹਿ ਗਿਆ, ਗਾਇਬ ਹੋ ਗਿਆ। ਇੱਥੋਂ ਤੱਕ ਵੀ ਇਹ ਕਿ ਜਿਹੜੇ ਉਸ ਵੇਲੇ ਲਾਹੌਰ ਜਿਹੜਾ ਓਪਨਿੰਗ ਕੀਤੀ, ਮਾਹੌਲ ਸਾਰਾ ਕੁਝ ਕੀਤਾ ਨਾ, ਅਤੇ ਕੋਈ ਥੋੜ੍ਹਾ ਬਹੁਤਾ ਕੰਮ ਹੋਇਆ ਵੀ, ਅਤੇ ਉਹ ਫਿਰ ਉੱਥੋਂ ਉਹ ਬੰਦੇ ਇਹਨਾਂ ਕੋਲ ਆਏ ਵੀ ਗੁਜਰਾਂ ਵਾਲੇ ਪਤਾ ਕਰਨ ਕਿ ਯਾਰ ਤੂੰ ਕੀ ਵਜ੍ਹਾ ਕਿਉਂ ਫਿਲਮ ਜਿਹੜੀ ਉਹ ਛੱਡ ਗਿਆ। ਉਹ ਫਿਰ ਉਹ ਸਾਰੇ ਮਾਮਲਾ ਦੱਸੇ ਕਿ ਇਸ ਤਰ੍ਹਾਂ ਯਾਰ ਉਹਨਾਂ ਨੇ ਮਨਾ ਕਰ ਦਿੱਤਾ, ਲਿਹਾਜ਼ਾ ਅਸੀਂ ਨਹੀਂ ਕਰ ਸਕਦੇ। ਇਸ ਤਰ੍ਹਾਂ ਕਰਕੇ ਆਸੂ ਚੀਤਾ ਫਿਲਮ ਜਿਹੜੀ ਹੈ ਨਾ ਬਣਨ ਤੋਂ ਰਹਿ ਜਾਂਦੀ, ਨਹੀਂ ਲੱਗ ਸਕਦੀ। ਹਾਂਜੀ, ਅਤੇ ਵੈਸੇ ਮੈਨੂੰ ਲੱਗਦਾ ਕਿ ਫਿਲਮ ਯਾਰ ਬਣਨੀ ਚਾਹੀਦੀ ਸੀ। ਇੱਕ ਜਿਵੇਂ ਕਿ ਨਾਂ ਹੋਇਆ ਉਹ ਤਾਂ ਬੜਾ ਇੱਕ ਨਾਂ ਵੱਜਦਾ, ਗੁਜਰਾਂ ਵਾਲੇ ਕਿਸੇ ਨੂੰ ਜਾ ਕੇ ਪੁੱਛੋ ਤੁਸੀਂ, ਆਸੂ ਚੀਤਾ ਦਾ ਬਹੁਤ ਨਾਂ ਹੈ। ਅਤੇ ਕੀ ਸੀ ਜਿਵੇਂ ਉਹ ਮਾਜੂ 'ਤੇ ਬਣੀ, ਬਾਲੇ 'ਤੇ ਬਣੀ, ਹੋਰ ਬੜੇ ਹਮਾਇਓਂ ਗੁੱਜਰ 'ਤੇ ਬਣੀ, ਸਿਆਲਕੋਟ ਵਾਲਾ ਜਿਹੜਾ ਸੀ, ਲਾਹੌਰ ਵਾਲਿਆਂ 'ਤੇ ਜੱਗਾ ਗੁੱਜਰ 'ਤੇ ਬਣੀ, ਰਿਆਜ਼ ਗੁੱਜਰ 'ਤੇ ਬਣੀ, ਫਿਰ ਆਪਣਾ ਅੱਛਾ ਸ਼ੂਕਰ ਵਾਲਾ ਪਹਿਲਵਾਨ 'ਤੇ ਬਣੀ। ਵੇਖੋ ਕੁਝ ਮਾੜੀਆਂ ਚੀਜ਼ਾਂ ਲੋਕ ਜਿਹੜੇ ਨੇ ਉਹ ਸਕਿੱਪ ਕਰ ਜਾਂਦੇ ਹੁੰਦੇ ਨੇ, ਅੱਛੀਆਂ ਨੂੰ ਹਾਈਲਾਈਟ ਕਰ ਦਿੰਦੇ ਨੇ। ਵੈਸੇ ਬਣਨੀ ਚਾਹੀਦੀ ਸੀ, ਹੋ ਸਕਦਾ ਗਾਂ ਵੀ ਕੋਈ ਬੰਦਾ ਉੱਠੇ ਤਾਂ ਘਰ ਵਾਲਿਆਂ ਨੂੰ ਰਾਜ਼ੀ ਕਰਕੇ ਦਿੱਤੇ, ਬਣਾਇਆ ਸੀ ਤਾਂ ਵੀ ਬਣਨੀ ਚਾਹੀਦੀ। ਬਾਕੀ ਤੁਸੀਂ ਤੁਹਾਡੀ ਰਾਏ ਕੀ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੇਣਾ। ਤੁਸੀਂ ਜਿਉਂਦੇ ਵਾਸਤੇ ਰਹੋ, ਫਿਰ ਰੱਬ ਰੱਖ।